ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਵੀਰਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਦੇ YouTube ਚੈਨਲ Tractor Bazar 2 ਦੇ ਉੱਪਰ ਸਭ ਤੋਂ ਪਹਿਲਾਂ ਜਿੰਨੇ ਵੀ ਚੈਨਲ ਦੇ ਉੱਪਰ ਨਵੇਂ ਆਏ ਨੇ ਚੈਨਲ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ ਲਾਲ ਰੰਗ ਦਾ ਸਬਸਕ੍ਰਾਈਬ ਦਾ ਬਟਨ ਜਿਹੜਾ ਤੁਹਾਨੂੰ ਥੱਲੇ ਸ਼ੋ ਹੁੰਦਾ ਪਿਆ ਹੋ ਉਹਨੂੰ ਕਲਿੱਕ ਕਰਕੇ ਤੇ ਨਾਲ ਲੱਗੇ ਘੰਟੀ ਦੇ ਆਪਸ਼ਨ ਨੂੰ ਆਲ ਤੇ ਜ਼ਰੂਰ ਸੈੱਟ ਕਰ ਲਿਓ ਤਾਂ ਕਿ ਜਦੋਂ ਅਸੀਂ ਵੀਡੀਓ ਪਾਵਾਂਗੇ ਤੁਹਾਨੂੰ ਜਿਹੜਾ ਸਭ ਤੋਂ ਪਹਿਲਾਂ ਪਤਾ ਲੱਗ ਜੇ ਤੁਸੀਂ ਸਾਡੀ ਵੀਡੀਓ ਜਿਹੜੀ ਸਭ ਤੋਂ ਪਹਿਲਾਂ ਦੇਖ ਸਕੋ ਤੇ ਅੱਜ ਆਪਾਂ ਜਿਹੜੀ ਤੁਹਾਡੇ ਲਈ ਵੀਡੀਓ ਨਿਊ ਹਾਲੈਂਡ 630 ਸਪੈਸ਼ਲ ਐਡੀਸ਼ਨ ਟਰੈਕਟਰ ਵੇਖ ਸਕਦੇ ਹੋ ਪੂਰਾ ਵਧੀਆ ਪਿਆ ਹੋਇਆ ਸਾਫ ਕੰਡੀਸ਼ਨ ਦੇ ਵਿੱਚ ਆ ਕਮੀ ਪੇਸ਼ੀ ਕੋਈ ਵੀ ਨਹੀਂ ਹੈਗੀਗੀ ਰੰਗ ਪੇਂਟ ਦੀ ਗੱਲ ਕਰੀਏ ਟੋਟਲ オリジナル ਆ 18 ਮਾਡਲ ਆ 2018 ਮਾਡਲ ਦਾ ਟਰੈਕਟਰ ਇਹ ਹਾਲਤ ਦਾ ਤੁਸੀਂ ਵੇਖ ਹੀ ਸਕਦੇ ਹੋ 6.5 ਲੱਖ ਰੁਪਈਆ ਜਿਹੜਾ ਇਹਦਾ ਕੀਮਤ ਮੁੱਲ ਰੱਖੀ ਗਈ ਹੈ ਟਰੈਕਟਰ ਦੀ ਬਾਕੀ ਜਾਂਦੇ ਸੀ ਮੌਕੇ ਦੇ ਉੱਤੇ ਜਿਹੜਾ ਕੱਟ ਕਰ ਲਾਂਗੇ ਮੌਕੇ ਦੇ ਉੱਤੇ ਲੈਸ ਕੀਤਾ ਜਾਊਗਾ ਲਹਿਰਾ ਕਗਾ ਏਰੀਆ ਜੀ 85 ਪੈਸੇ ਟਾਇਰ ਨੇ ਤੇ ਮਾਲਕਾਂ ਦੇ ਜੋ ਵੀ ਨੰਬਰ ਨੇ ਸੰਪਰਕ ਦੇ ਉਹ ਆਪ ਤੁਹਾਨੂੰ ਥੱਲੇ ਦੇ ਰਹੇ ਹਾਂ ਉਹਨਾਂ ਨੰਬਰਾਂ ਤੇ ਫੋਨ ਲਾ ਕੇ ਸਿੱਧੀ ਮਾਰ 36 ਦੀ ਸਪੈਸ਼ਲ ਐਡੀਸ਼ਨ ਤੇ ਜਿਹੜਾ ਭਰਾਵੋ ਇਹ ਟਰੈਕਟਰ ਆ ਇਹ ਹੈਗਾ 18 ਮਾਡਲ ਇਹ ਹਾਲੈਂਡ 2018 ਮਾਡਲ ਆ ਹਾਲਤ ਪੂਰੀ ਵਧੀਆ ਪਈ ਹੋਈ ਆ ਵੇਖ ਸਕਦੇ ਹੋ 6.5 ਲੱਖ ਰੁਪਈਆ ਡਿਮਾਂਡ ਮੰਗਦੇ ਪਏ ਆ ਤੇ ਬਾਕੀ ਰੇਟ ਦੇ ਵਿੱਚੋਂ ਵੀ ਘੱਟ ਕਰ ਲੈਣਗੇ ਮੌਕੇ ਦੇ ਉੱਤੇ ਹੋ ਜਾਊਗਾ ਮਾਲਕਾਂ ਦੇ ਜੋ ਵੀ ਨੰਬਰ ਨੇ ਉਹ ਆਪਾਂ ਤੁਹਾਨੂੰ ਥੱਲੇ ਦੇ ਰਹੇ ਹਾਂ ਉਹਨਾਂ ਨੰਬਰਾਂ ਤੇ ਤੁਸੀਂ ਫੋਨ ਲਾ ਕੇ ਮਾਲਕਾਂ ਨਾਲ ਗੱਲਬਾਤ ਕਰਕੇ ਖਰੀਦ ਸਕਦੇ ਹੋ ਜਿੰਨਾਂ ਵੀਰਾਂ ਨੇ ਵੀ ਇਹ ਖਰੀਦਣਾ ਹੋਵੇ ਸੁਨਾਮ ਏਰੀਆ 6 ਲੱਖ ਤੇ 35000 ਰੁਪਿਆ ਰੇਟ ਆ ਤੇ ਹਰਿਆਣਾ ਨੰਬਰ ਆ ਇਹ ਹਰਿਆਣਾ ਨੰਬਰ ਆ ਤੇ 6 ਲੱਖ ਤੇ 35000 ਰੁਪਿਆ ਰੇਟ ਆ ਤੇ ਬਾਕੀ ਮੌਕੇ ਦੇ ਉੱਤੇ ਘੱਟ ਜ਼ਰੂਰ ਹੋਊਗਾ ਤੇ ਅੱਗੇ ਜਾ ਕੇ ਆਪਣੇ ਕੋਲੇ ਆ ਜਾਂਦਾ ਵਾ 3630 ਸੁਪਰ ਨਿਊ ਹਾਲੈਂਡ 3630 ਸੁਪਰ ਇਹ ਹੈਗਾ ਜੀ 2015 ਮਾਡਲ ਹਾਲਤ ਤੁਸੀਂ ਵੇਖ ਸਕਦੇ ਹੋ ਪੂਰੀ ਵਧੀਆ ਪਈ ਹੋਈ ਹੈ ਹਾਲਤ 900 ਇਹ ਚੱਲਿਆ ਹੋਇਆ ਜੀ 65 ਘੰਟੇ ਲਿਖਿਆ ਹੋਇਆ ਆਪਾਂ ਨੂੰ ਆਇਆ ਸੀਗਾ ਮੋਗਾ ਏਰੀਏ ਵਕੇ 3 ਸਪੀਡ ਆ ਬਾਕੀ ਭਾਈ ਜੀ ਜੇ ਰਜਿਸਟ੍ਰੇਸ਼ਨ ਮੋਗੇ ਦੀ ਹੋਈ ਤਾਂ ਹੋ ਵੀ ਸਕਦਾ ਵੀ ਇੰਨਾ ਘੱਟ ਚੱਲਿਆ ਹੋਵੇ ਕਿਉਂਕਿ ਮੋਗੇ ਸਾਡੇ ਇਧਰ ਪੈਲੀਆਂ ਥੋੜੀਆਂ ਨਹੀਂ ਲੋਕਾਂ ਕੋਲੇ ਜਾਨਕੀ ਕਿਉਂਕਿ ਸਾਡੇ ਇਧਰ ਬਾਹਰ ਗਏ ਹੋਏ ਨੇ ਜ਼ਿਆਦੇ ਲੋਕ ਬਾਹਰ ਥੋੜਾ ਜ਼ਿਆਦੇ ਗਏ ਕਰਕੇ ਵੀ ਇੱਥੇ ਪੰਜ-ਪੰਜ ਕਿੱਲੇ ਜਾਂ ਜ਼ਿਆਦੇ ਆ ਲੋਕਾਂ ਕੋਲੇ ਵੀ ਇਧਰ ਇਨਵੈਸਟ ਪਲਾਟਾਂ ਬਲੂਟਾਂ 'ਚ ਕਰੀ ਜਾਂਦੇ ਪੈਲੀਆਂ ਪੂਲੀਆਂ ਘਾਟ ਹੀ ਲੈਂਦੇ ਸਾਡੇ ਤੇ ਜੇ ਨਵਾਂ ਲਿਆ ਹੋਇਆ ਫਿਰ ਹੋ ਸਕਦਾ ਵੀ ਇੰਨਾ ਹੀ ਚੱਲਿਆ ਹੋਵੇ ਲਗਭਗ ਵੀ ਹਜ਼ਾਰ ਵੀ ਲਾ ਲੋ ਤੁਸੀਂ ਠੀਕ ਆ 15 ਮਾਡਲ ਦੇ ਹਿਸਾਬ ਨਾਲ ਤੇ 5,65,000 ਰੁਪਇਆ ਰੇਟ ਆ ਮਾਲਕਾਂ ਦੇ ਜੋ ਵੀ ਨੰਬਰ ਨੇ ਉਹ ਆਪਾਂ ਥੱਲੇ ਦੇ ਰਹੇ ਹਾਂ ਉਹਨਾਂ ਨੰਬਰਾਂ ਤੇ ਤੁਸੀਂ ਫੋਨ ਲਾ ਕੇ ਸਿੱਧੀ ਮਾਲਕਾਂ ਨਾਲ ਗੱਲਬਾਤ ਕਰਕੇ ਖਰੀਦ ਸਕਦੇ ਹੋ ਜਿੰਨਾਂ ਵੀਰਾਂ ਨੇ ਵੀ ਖਰੀਦਣਾ ਹੋਵੇ ਤੇ ਬਾਕੀ ਭਾਈ ਜੇ ਰੇਟ ਜ਼ਿਆਦਾ ਲੱਗਦਾ ਤਾਂ ਭਾਈ ਵੇਖੋ ਕੰਡੀਸ਼ਨ ਦੇ ਹਿਸਾਬ ਨਾਲ ਹੁੰਦਾ ਕੋਈ ਵੀ ਕਿਸੇ ਵੀ ਟਰੈਕਟਰ ਦਾ ਰੇਟ ਲਾ ਲਓ ਕੰਡੀਸ਼ਨ ਦੇ ਹਿਸਾਬ ਨਾਲ ਹੁੰਦਾ ਕੰਡੀਸ਼ਨ ਵਧੀਆ ਵੀ ਸਕਦੇ ਹੋ ਅੱਗੇ ਆਇਆ ਇਹਦਾ ਨਿਊ ਹਾਲੈਂਡ 5500 ਟਰੈਕਟਰ ਵੇਖ ਸਕਦੇ ਹੋ ਪੂਰਾ ਓਕੇ ਪਿਆ ਹੋਇਆ ਕੋਕਾ ਪੀਸ ਆ ਟਰੈਕਟਰ ਇਹ 2011 ਮਾਡਲ ਦਾ 11 ਮਰਲਾ 800 ਕੈਂਟ ਟਰੈਕਟਰ ਕੋਲ ਚੱਲਿਆ ਹੋਇਆ ਵਾ ਲੁਧਿਆਣਾ ਏਰੀਏ ਵਿੱਚ ਖੜਾ ਹੋਇਆ ਵਾ ਵੇਖ ਸਾਹਦੇ ਟਰੈਕਟਰ ਦੀ ਹਾਲਤ ਪੂਰੀ ਵਧੀਆ ਪਈ ਹੋਈ ਆ ਤੇ ਰੇਟ ਆ ਜਿਹੜਾ ਟਰੈਕਟਰ ਦਾ ਉਹ ਤੁਹਾਨੂੰ ਫੋਨ ਤੇ ਦੱਸਿਆ ਜਾਊਗਾ ਮਾਲਕਾਂ ਨੇ ਜੋ ਵੀ ਨੰਬਰ ਨੇ ਸੰਪਰਕ ਦੇ ਉਹ ਆਪਾਂ ਤੁਹਾਨੂੰ ਥੱਲੇ ਦੇ ਰਹੇ ਹਾਂ ਉਹਨਾਂ ਨੰਬਰਾਂ ਦੇ ਉੱਤੇ ਫੋਨ ਲਾ ਕੇ ਸਿੱਧੀ ਮਾਲਕਾਂ ਨਾਲ ਗੱਲਬਾਤ ਕਰਕੇ ਜਿਹੜਾ ਤੁਸੀਂ ਇਹਦਾ ਸੌਦਾ ਕਰ ਸਕਦੇ ਹੋ ਜਿੰਨਾਂ ਵੀਰਾਂ ਨੇ ਵੀ ਖਰੀਦਣਾ ਹੋਵੇ ਇਹੇ ਪੂਰੀ ਚੰਗੀ ਹਾਲਤ ਦੇ ਵਿੱਚ ਤੇ ਵਾਹ ਕੇ ਚਲਾ ਕੇ ਦੇਣ ਦੀ ਗਾਰੰਟੀ ਤੇ ਰੇਟ ਵੀ ਪੂਰਾ ਜਾਇਜ਼ ਆ ਕੋਈ ਰੇਟ ਨਹੀਂ ਵੱਧ ਮੰਗਦੇ ਪਏਗੇ ਇਹਦਾ ਪੂਰਾ ਸਹੀ ਰੇਟ ਆ ਜਿਹੜਾ ਕੰਪਨੀਆਂ ਵੱਲੋਂ ਹੁਣ ਚੱਲਦਾ ਪਿਆ ਆ ਬਾਰਕੀਟ ਦਾ ਰੇਟ ਉਹੀ ਰੇਟ ਆ ਇਹਦਾ ਤੇ ਬਾਕੀ ਚੱਲਦੀ ਚੱਲਦੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਆਪਣਾ ਬਾਈ ਜੀ ਫੇਸਬੁੱਕ ਦਾ ਜਿਹੜਾ ਪੇਜ ਆ ਉਹਨੂੰ ਤੁਸੀਂ ਫੋਲੋ ਜ਼ਰੂਰ ਕਰ ਲਿਓ ਲਾਈਕ ਜੀ ਜਿਹੜਾ ਆਪਣੇ ਕੋ ਟਰੈਕਟਰ ਆ ਜਾਂਦਾ ਨਿਊ ਹਾਲੈਂਡ 3630 ਸਪੈਸ਼ਲ ਐਡੀਸ਼ਨ ਆ ਟਰੈਕਟਰ ਦੇ ਆਪਾਂ ਮਾਡਲ ਦੀ ਗੱਲਬਾਤ ਕਰ ਗਏ 2019 ਮਾਡਲਾ ਟਰੈਕਟਰ ਇਹ ਬਹੁਤ ਯਾਰੇ ਵਧੀਆ ਸੋਹਣੀ ਕੰਡੀਸ਼ਨ ਦੇ ਵਿੱਚ ਸਾਫ਼ ਸੁਥਰੇ ਰੰਗ ਪੇਂਟ ਦੇ ਵਿੱਚ ਜਿਹੜਾ ਟਰੈਕਟਰ ਪਿਆ ਹੋਇਆ ਵਾ 1070 ਘੰਟੇ ਚੱਲਿਆ ਹੋਇਆ 1070 ਘੰਟੇ ਚੱਲਿਆ ਹੋਇਆ 90 ਪੈਸੇ ਟਾਇਰ ਤੇ ਰੇਟ ਹੈਗਾ 6 ਲੱਖ ਤੇ 85000 ਰੁਪਇਆ ਬਾਕੀ ਮੌਕੇ ਦੇ ਉੱਪਰ ਜਿਹੜਾ ਘਟ ਹੋ ਜਾਊਗਾ ਮਾਲਕਾਂ ਦੇ ਨਾਲ ਜਿਹੜਾ ਤੁਸੀਂ ਗੱਲਬਾਤ ਕਰਕੇ ਰੇਟ ਦੇ ਵਿੱਚੋਂ ਘਟਾ ਕਰਕੇ ਸੌਦਾ ਕਰ ਸਕਦੇ ਹੋ ਜਿੰਨਾ ਵੀ ਰਾਣੇ ਵੀ ਕਰਨਾ ਹੋਵੇ ਜਿਹੜੇ ਵੀਰ ਲੈਣਾ ਚਾਹੁੰਦੇ ਹੋ ਤੇ ਉਸ ਤੋਂ ਜਾ ਕੇ ਜੀ ਅੱਗੇ ਆ ਜਾਂਦਾ ਆਪਣੇ ਕੋਲੇ ਨਿਊ ਹਾਲੈਂਡ 363+ ਇਹੜਾ ਟਰੈਕਟਰ ਆ ਵੇਖ ਸਕਦੇ ਹੋ ਚੰਗੀ ਹਾਲਤ ਦੇ ਵਿੱਚ ਆ ਕਮੀ ਪੇਸ਼ੀੜੀ ਇਹਦੇ ਵਿੱਚ ਕੋਈ ਵੀ ਨਹੀਂ ਹੈਗੀ ਕਮੀ ਪੇਸ਼ੀ ਟਰੈਕਟਰ ਦੇ ਵਿੱਚ ਕੋਈ ਵੀ ਨਹੀਂ ਹੈਗੀ ਮਾਡਲ ਦੀ ਗੱਲਬਾਤ ਕਰਕੇ 2010 11 ਮਾਡਲਾ ਟੂ ਸਪੀਡ ਟੂ ਸਪੀਡ ਆ 85 ਪੈਸੇ ਟਾਇਰ ਆ 85 ਪੈਸੇ ਟਾਇਰ ਪਾਏ ਹੋਏ ਨੇ ਚੰਗੀ ਹਾਲਤ ਦੇ ਵਿੱਚ ਆ ਤੇਜੁਰ ਮਰਜ਼ੀ ਤੁਸੀਂ ਜਾ ਕੇ ਜਗਾ ਤੇ ਚੈੱਕ ਕਰ ਸਕਦੇ ਹੋ ਜਿੰਨਾ ਵੀਰਾਂ ਨੇ ਵੀ ਕਰਨਾ ਹੋਵੇ ਇਹ ਬਹੁਤ ਹੀ ਜ਼ਿਆਦਾ ਚੰਗੀ ਹਾਲਤ ਦੇ ਵਿੱਚ ਜਿਹੜਾ ਬਕਾਊ ਪਾਇਆ ਹੋਇਆ ਮਾਲਕ ਵੀਰਾਂ ਦਾ ਟਰੈਕਟਰ ਗਾਰੰਟੀ ਹੈਗੀ ਜਿਹੜੀ ਪੂਰੀ ਆ ਰੇਟ ਹੈਗਾ 460000 ਰੁਪਿਆ ਬਾਕੀ ਮੌਕੇ ਦੇ ਉੱਤੇ ਜਿਹੜਾ ਰੇਟ ਦੇ ਵਿੱਚੋਂ ਘਟਵਾਦ ਕੀਤਾ ਜਾਊਗਾ ਇਹਦੇ ਉਹ ਤੁਸੀਂ ਬਾਕੀ ਮਾਲਕਾਂ ਦੇ ਨਾਲ ਵੀ ਗੱਲਬਾਤ ਕਰ ਲਿਓ ਜਿੰਨਾਂ ਵੀਰਾਂ ਨੇ ਖਰੀਦਣਾ ਹੋਵੇ ਇਹ ਚੰਗੀ ਹਾਲਤ ਦੇ ਵਿੱਚ ਆ ਵਧੀਆ ਰੇਟ ਤੇ ਬਣਦਾ ਪਿਆ ਵਾ ਤੇ ਮਾਲਕਾਂ ਵੱਲੋਂ ਦੱਸਣ ਅਨੁਸਾਰ ਕਮੀ ਪੇਸ਼ੀ ਕੋਈ ਤੇ ਅੱਗੇ ਜਾ ਕੇ ਜਿਹੜਾ ਆਪਣੇ ਕੋਲੇ ਵੀਡੀਓ ਤੇ ਟਰੈਕਟਰ ਆਉਂਦਾ ਵਾ ਇਹ ਹੈਗਾ ਜੀ 3630 ਸਪੈਸ਼ਲ ਐਡੀਸ਼ਨ ਸਪੈਸ਼ਲ ਐਡੀਸ਼ਨ ਆ 14 ਮਾਡਲ ਆ ਤੇ 2015 ਦੀ ਜਿਹੜੀ ਇਹਦੀ ਆਰਸੀ ਬੁੱਕ ਬਣੀ ਹੋਈ ਆ ਤੇ ਮੌਕੇ ਦੇ ਉੱਤੇ ਬਾਈ ਜੀ ਸਾਰੀਆਂ ਚੀਜ਼ਾਂ ਦਾ ਮੈਂ ਪਹਿਲਾਂ ਵੀ ਦੱਸ ਦਣਾ ਚਾਹੁੰਦਾ ਵੀ ਰੇਟ ਘੱਟ ਹੋ ਜਾਂਦਾ ਤੇ ਲਾਈਵ ਵੀਡੀਓ ਜਿਹੜੀ ਆਪਾਂ ਕੀਤੀ ਸੀਗੀ ਹਨਾ ਆਪਾਂ ਡਿਟੇਲ ਦੇ ਵਾਸਤੇ ਨਾਲ ਗੱਲਬਾਤ ਕਰਨੀ ਸੀ ਉਹ ਆਪਾਂ ਕੱਲ ਕਰਤੀ ਸੀਗੀ ਲਾਈਵ ਵੀਡੀਓ ਜਿਨ੍ਹਾਂ ਵੀਰਾਂ ਨੇ ਵੀ ਉਹ ਲਾਈਵ ਵੀਡੀਓ ਨਹੀਂ ਵੇਖੀਗੀ ਆ ਚੈਨਲ ਤੇ ਜਾ ਕੇ ਤੁਸੀਂ ਵੇਖ ਸਕਦੇ ਹੋ ਉਹਦੇ ਬਾਰੇ ਆਪਾਂ ਗੱਲਬਾਤ ਕੀਤੀ ਸੀਗੀ ਵੀ ਜਿਨ੍ਹਾਂ ਵੀਰਾਂ ਨੇ ਜੋਇਨ ਬਟਨ ਕਰੋਗੇ ਹਨਾ ਉਹਨਾਂ ਨੂੰ ਕੁਝ ਆਦਾ ਵੀ ਪ੍ਰਾਈਜ਼ ਮਿਲੇ ਆਪਣੇ ਚੈਨਲ ਤੇ ਆਫਰ ਚੱਲਦਾ ਪਿਆ ਵਾ ਤੇ ਅੱਗੇ ਜਾ ਕੇ ਜਿਹੜਾ ਇਹ ਟਰੈਕਟਰ ਆ ਹਨਾ 520000 ਰੁਪਿਆ ਰੇਟ ਆ 70 ਪਏ ਰਟਾਇਰ ਪਏ ਹੋਏ ਆ ਤੇ ਨੰਬਰ ਮਾਲਕਾਂ ਦੇ ਥੱਲੇ ਆ ਜਿੰਨਾਂ ਵੀਰਾਂ ਨੇ ਲੈਣਾ ਹੋਵੇ ਮਾਲਕਾਂ ਨਾਲ ਗੱਲਬਾਤ ਕਰਕੇ ਖਰੀਦ ਸਕਦੇ ਨੇ ਇਹਨੂੰ ਤੇ ਹੁਣ ਆਪਣੇ ਕੋਲੇ ਆ ਜਾਂਦਾ 3630 ਹਾਲੈਂਡ ਆ ਸੁਪਰ ਸੁਪਰ ਆ ਜਾਂਦਾ ਜੀ ਵੇਖ ਸਕਦੇ ਹੋ ਹਾਲਤ ਦਾ ਬਹੁਤ ਵਧੀਆ ਪਿਆ ਹੋਇਆ ਇਹ ਪੂਰੀ ਵਧੀਆ ਹਾਲਤ ਆ ਕਮੀ ਪੇਸ਼ੀ ਕੋਈ ਵੀ ਨਹੀਂ ਹੈਗੀ ਇਹਦੇ ਵਿੱਚ ਮਾਲਕਾਂ ਵੱਲੋਂ ਜਿਹੜੀ ਗਾਰੰਟੀ ਇਹਦੀ ਪੂਰੀ ਆ ਤੇ 13 ਮਾਡਲ ਆ 3 ਸਪੀਡ ਆ ਨਵੇਂ ਟਾਇਰ ਨੇ 4 ਲੱਖ ਤੇ 75000 ਰੁਪਿਆ ਮੁੱਲ ਆ ਸ਼੍ਰੀ ਮਕਸਦ ਸਾਹਿਬ ਵੀਰਗੇ ਵਿਖੇ ਜਿਹੜੀ ਇਹ ਖੜਾ ਹੋਇਆ ਟਰੈਕਟਰ ਇਹ ਉੱਥੇ ਤੁਸੀਂ ਜਾ ਕੇ ਬਾਕੀ ਚੈੱਕ ਕਰਕੇ ਵਾਹ ਕੇ ਇਹਨੂੰ ਖਰੀਦ ਸਕਦੇ ਹੋ ਜਿੰਨਾ ਵੀਰਾਂ ਨੇ ਵੀ ਲੈਣਾ ਹੋਵੇ ਜਿਹੜੇ ਵੀਰ ਵੀ ਖਰੀਦਣਾ ਚਾਹੁੰਦੇ ਹੋਣ ਇਹਨੂੰ ਬਾਕੀ ਮਾਲਕ ਵੀਰਾਂ ਵੱਲੋਂ ਜਿਹੜੀ ਗਾਰੰਟੀ ਹੈ ਇਹਦੀ ਉਹ ਪੂਰੀ ਦਿੱਤੀ ਜਾਂਦੀ ਆ ਤੇ ਇੱਕ ਮੇਰਾ ਵੀਰ ਯਾਰ ਸਾਡਾ ਫੇਸਬੁੱਕ ਦਾ ਪੇਜ ਉਹਨੂੰ ਜਾ ਕੇ ਜਰੂਰ ਫੋਲੋ ਕਰ ਲਿਓ ਲਾਈਕ ਕਰ ਦਿਓ ਟਰੈਕਟਰ ਬਿਆਰ 2 ਦੇ ਨਾਂ ਤੇ ਆ ਤੇ ਇੱਕ ਮੇਰਾ ਵੀਰ ਜਿਹੜਾ ਆਪਣਾ ਪੀਵੀ ਨਰਤੀ ਡੈਰੀ ਫਾਰਮ ਆ ਉਹਨੂੰ ਜਾ ਕੇ ਜਰੂਰ ਸਬਸਕ੍ਰਾਈਬ ਕਰਿਓ ਯਾਰ ਸਾਰੇ ਜਾਣੇ ਠੀਕ ਆ ਨਾ ਆਪਾਂ ਡੈਰੀ ਰਿਲੇਟਡ ਉਹਤੇ ਵੀ ਜਿਹੜੀਆਂ ਵੀਡੀਓਸ ਲੈ ਕੇ ਆਉਂਦੇ ਰਹਿੰਨੇ ਆ ਉਹਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਮੇਰਾ ਵੀਰ ਬਣ ਕੇ ਅੱਗੇ ਜਾ ਕੇ ਜਿਹੜਾ ਇਹ ਟਰੈਕਟਰ ਆ ਇਹ ਮੌਕੇ ਆਂਦਾ ਜੀ ਅੱਗੇ ਆਪਣੇ ਕੋਲ ਦੂਜਾ ਆ ਜਾਂਦਾ ਵਾ ਜਾਦੇ ਥੋੜੇ ਹਾਲੈਂਡ ਜਾਦੇ ਸੀਗੇ ਅੱਜ ਮਨਲਾ ਚਾਰ ਪੰਜ ਟਰੈਕਟਰ ਹੀ ਦੂਜੇ ਕੰਪਨੀਆਂ ਦੇ ਨੇ ਉਹ ਵੀ ਅਰਜੰਤ ਮਲਾ ਦਾ ਬਸ ਇੱਕ ਸ਼ਾਇਦ ਐਚ ਐਮ ਟੀ 65 ਬਾਈ ਹੋਊਗਾ ਤੇ ਜਿਹੜਾ ਅੱਗੇ ਆ ਜਾਂਦਾ ਇਹ 3630 ਸੁਪਰ ਹੈ ਜੀ ਇਹ ਵੀ ਇਹ ਸੈਂਪਲ ਸੁਪਰ ਆ ਨਵੇਂ ਉਹ ਪਰਲਾ 3 ਸਪੀਡ ਸੀਗਾ ਹੈ ਇਹ ਵੀ 3 ਸਪੀਡ ਆ ਪਰ ਮਾਡਲ ਦਾ ਫਰਕ ਆ 15 ਮਾਡਲ ਆ ਇਹ ਤੇ ਨਾਲ ਦੇ ਟਾਇਰ ਆ ਇਹ ਵੀ 3 ਸਪੀਡ ਆ ਏਰੀਆ ਬਾਈ ਜੀ ਮਾਲਕਾਂ ਨੇ ਦੱਸਿਆ ਨਹੀਂ ਤੇ ਉਹ ਤੁਸੀਂ ਫੋਨ ਤੇ ਜਿਹੜਾ ਗੱਲਬਾਤ ਕਰਕੇ ਉਹ ਵੇਖ ਲਿਓ ਆਪਦਾ ਮਾਲਕਾਂ ਨੇ ਜਿਹੜੇ ਨੰਬਰ ਨੇ ਥੱਲੇ ਨੇ ਤੇ ਰੇਟ ਆ ਜਿਹੜਾ ਟਰੈਕਟਰ ਦਾ ਉਹ ਹੈਗਾ 5 ਲੱਖ ਤੇ 25000 ਰੁਪਈਆ ਮਾਡਲ ਦੇ ਹਿਸਾਬ ਨਾਲ ਕਿਉਂਕਿ ਦੋ ਮਾਡਲ ਉਹਦੇ ਨਾਲ ਉੱਚਾ ਟਾਮ ਆ ਹਨ ਥੋੜਾ ਰੀਰਤਾ ਕਰਕੇ ਉਹਦੇ ਨਾਲ ਜ਼ਿਆਦਾ ਆ ਬਾਕੀ ਜਿਨ੍ਹਾਂ ਨੇ ਵੀ ਖਰੀਦਣਾ ਹੋਵੇ ਮਾਲਕਾਂ ਨੇ ਨੰਬਰ ਥੱਲੇ ਨੇ ਫੋਨ ਲਾ ਕੇ ਸਿੱਧਾ ਮਾਲਕਾਂ ਨਾਲ ਗੱਲਬਾਤ ਕਰਕੇ ਜਿਹੜਾ ਤੁਸੀਂ ਇਹਨੂੰ ਖਰੀਦ ਸਕਦੇ ਹੋ ਪੂਰਾ ਵਧੀਆ ਹਾਲਤ ਦੇ ਵਿੱਚ ਜਿਹੜਾ ਪਿਆ ਹੋਇਆ ਵਾ ਤੇ ਕਮੀ ਪੇਸ਼ੀ ਜਿਹੜੀ ਕੋਈ ਵੀ ਨਹੀਂ ਹੈਗੀ ਇਹਦੇ ਵਿੱਚ ਕਮੀ ਪੇਸ਼ੀ ਕੋਈ ਵੀ ਨਹੀਂ ਹੈਗੀ ਜੀ ਬਾਕੀ ਮੌਕੇ ਦੇ ਉੱਤੇ ਸਾਰਾ ਰੇਟ ਦੇ ਵਿੱਚੋਂ ਵਗੈਰਾ ਲੈਸ ਕੀਤਾ ਜਾਊਗਾ ਉਹ ਦੀ ਯਾਨੀ ਕਿ ਕੋਈ ਫਿਕਰ ਨਹੀਂ ਹੈਗੀ ਮਾਲਕ ਲੈਸ ਕਰਨਗੇ ਗਾਰੰਟੀ ਦਿੱਤੀ ਗਈ ਹੈ ਮਾਲਕਾਂ ਵੀ ਵੱਲੋਂ ਤੇ ਇੱਕ ਮੇਰਾ ਵੀਰ ਆ ਦਾ ਮੈਸਤਰੀ ਲਿਜਾ ਕੇ ਚੈੱਕ ਕਰਕੇ ਖਰੀਦ ਲਿਓ ਠੀਕ ਹੈ ਜੀ ਆਪਣਾ ਕੋਈ ਲਾਕਾ ਦੇਕਾ ਨਹੀਂ ਹੁੰਦਾਗਾ ਇਹ ਚੀਜ਼ ਦੇ ਵਿੱਚ ਜਿਹੜਾ ਕੁਝ ਵੀ ਆਪਾਂ ਨੂੰ ਮਾਲਕ ਦੱਸਦੇ ਆ ਆਪਾਂ ਤੁਹਾਨੂੰ ਦੱਸ ਦਿੰਨੇ ਆ ਤੇ ਸੋ ਉਹ ਚੀਜ਼ ਕਰਕੇ ਵੀ ਥੋੜਾ ਜਿਹਾ ਰਹੋ ਤੇ ਅੱਜ ਪੀਵੀ ਨਰਤੀ ਡੈਰੀ ਫਾਰਮ ਤੇ ਵੀਡੀਓ ਆਣੀ ਹੈ ਕਿ ਡੈਰੀ ਫਾਰਮ ਜੇ ਆਪਾਂ ਸ਼ੁਰੂ ਕਰਨਾ ਤਾਂ ਹੈ ਵਧੀਆ ਕਿ ਨਹੀਂ ਵਧੀਆ ਬਾਹਰਲੇ ਡੈਰੀ ਫਾਰਮ ਨਾਲ ਤੇ ਅੱਗੇ ਆਪਣੇ ਕੋਲ ਆ ਜਾਂਦਾ ਵਾ ਹਾਲੈਂਡ 3602 2020 ਮਾਡਲ ਹੈ ਇਹ ਵੇਖ ਸਕਦੇ ਹੋ ਹਾਲਤ ਪੂਰੀ ਵਧੀਆ ਹੈ ਇਹਦੀ ਕਮੀ ਪੇਸ਼ੀ ਕੋਈ ਵੀ ਨਹੀਂ ਹੈਗੀ ਇਹਦੇ ਵਿੱਚ ਤੇ ਮਾਲਕ ਵੀਰਾਂ ਵੱਲੋਂ ਪੂਰੀ ਗਾਰੰਟੀ ਦਿੱਤੀ ਗਈ ਹੈ ਇਹਦੀ ਬਾਕੀ ਮੌਕੇ ਦੇ ਉੱਤੇ ਸਭ ਕੁਝ ਰੇਟ ਵਗੈਰਾ ਲੈਸ ਕੀਤਾ ਜਾਊਗਾ ਮੌਕੇ ਦੇ ਉੱਪਰ ਲੈਸ ਹੋ ਜਾਊਗਾ ਰੇਡ ਦੇ ਵਿੱਚੋਂ 685 ਘੰਟੇ ਜਿਹੜਾ ਟਰੈਕਟਰ ਕੋਲ ਚੱਲਿਆ ਹੋਇਆ ਹਜੇ ਤੱਕ 685 ਘੰਟੇ ਟਰੈਕਟਰ ਕੋਲ ਚੱਲਿਆ ਹੋਇਆ ਵਾ 95 ਪੈਸੇ ਟਾਇਰ ਆ ਪੀਵੀ03 ਨੰਬਰ ਆ 6 ਲੱਖ ਤੇ 40000 ਰੁਪਇਆ ਰੇਟ ਆ 6 ਲੱਖ ਤੇ 40000 ਰੁਪਇਆ ਰੇਟ ਆ ਬਾਕੀ ਮੌਕੇ ਦੇ ਉੱਤੇ ਘੱਟ ਵੱਧ ਹੋ ਜਾਊਗਾ ਰੇਟ ਦੇ ਵਿੱਚੋਂ ਮਾਲਕਾਂ ਨੇ ਜਿਹੜੇ ਨੰਬਰ ਨੇ ਉਹ ਥੱਲੇ ਨੇ ਫੋਨ ਲਾ ਕੇ ਤੁਸੀਂ ਮਾਲਕ ਨਾਲ ਗੱਲਬਾਤ ਕਰ ਸਕਦੇ ਹੋ ਅੱਗੇ ਜਾ ਕੇ ਆਪਣੇ ਕੋਲ ਆ ਜਾਂਦਾ ਹੌਲੈਂਡ 5500 15 ਮਾਡਲ ਆ ਟਰੈਕਟਰ ਪੂਰਾ ਓਕੇ ਆ 5 ਲੱਖ ਰੁਪਇਆ ਰੇਟ ਆ 5 ਲੱਖ ਰੁਪਇਆ ਰੇਟ ਆ ਬਾਕੀ ਮੌਕੇ ਦੇ ਉੱਤੇ ਘੱਟ ਕਰ ਲੈਣਗੇ ਲੈਸ ਹੋ ਜਾਊਗਾ ਮੌਕੇ ਦੇ ਉੱਤੇ ਲੈਸ ਹੋ ਜਾਊਗਾ ਹਾਲਤ ਵਗੈਰਾ ਤੁਸੀਂ ਵੇਖ ਸਕਦੇ ਹੋ ਪੂਰੀ ਵਧੀਆ ਪਈ ਹੋਈ ਆ ਗਾਰੰਟੀ ਪੂਰੀ ਆ ਜਿਹੜੀ ਮਾਲਕ ਵੀਰਾਂ ਵੱਲੋਂ ਦਿੱਤੀ ਜਾ ਰਹੀ ਆ 5 ਲੱਖ ਰੁਪਇਆ ਮੁੱਲ ਮੋਗਾ ਏਰੀਆ ਮਾਲਕਾਂ ਦੇ ਜੋ ਵੀ ਨੰਬਰ ਨੇ ਉਹ ਆਪਾਂ ਤੁਹਾਨੂੰ ਥੱਲੇ ਦੇ ਰਹੇ ਹਾਂ ਉਹਨਾਂ ਨੰਬਰਾਂ ਦੇ ਉੱਤੇ ਵੀ ਫੋਨ ਲਾ ਕੇ ਸਿੱਧੀ ਮਾਲਕਾਂ ਦੇ ਨਾਲ ਗੱਲਬਾਤ ਕਰਕੇ ਆ ਆ ਖਰੀਦ ਸਕਦੇ ਇਹਨੂੰ ਜਿੰਨਾ ਵੀਰਾਂ ਨੇ ਵੀ ਖਰੀਦਣਾ ਹੋਵੇ ਬਾਕੀ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ